ਕਿਤੇ ਗਲਾ ਖਰਾਬ ਹੋਇਆ ਬੋਲ ਬੋਲ ਕੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿੱਦਾਂ ਜੀ ਸਾਰੇ? ਉਮੀਦ ਕਰਦੇ ਹਾਂ ਸਾਰੇ ਠੀਕ ਹੋ ਗਏ, ਆਪਾਂ ਆਪਣੇ ਘਰਾਂ ਦੇ ਵਿੱਚ ਹੱਸਦੇ ਵਾਸਤੇ ਅਤੇ ਖੁਸ਼ ਹੋ ਗਏ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਦੇ। ਅਤੇ ਸ਼ੁਰੂਆਤ ਕਰਤੀ ਵਲੋਗ ਦੀ, ਟਾਈਮ ਹੋ ਚੁੱਕਾ ਸਵੇਰ ਦਾ 10 ਵਜੇ ਦਾ, ਪੂਰੇ 10 ਵਜੇ ਨੇ। ਅਤੇ ਅੱਜ ਦਾ ਵਲੋਗ ਆਪਾਂ ਸ਼ੁਰੂਆਤ ਕਰ ਰਹੇ ਹਾਂ ਘਰ ਤੋਂ, ਘਰ ਆ ਗਏ ਹਾਂ ਅਤੇ ਘਰ ਦਾ ਹੋਇਆ ਪਿਆ ਹੈ ਬੁਰਾ ਹਾਲ। ਅਤੇ ਆਹ ਮੈਡਮ ਵੀ ਉੱਦਣ ਦੀ ਬੜੀ ਨਹੀਂ ਆ ਕਿ ਕਿਤੇ ਆ ਕੇ ਮੈਂ ਮਗਰੋਂ ਮਾਸਾ ਪੂਰਾ ਸਫਾਈ ਕਰ ਜਾਂ। ਹੈਂ ਤੇ ਤੂੰ ਹੈਗੀ ਸੋਹਣੀ ਹੈ, ਤੇ ਤੈਨੂੰ ਆਖਿਆ ਕਿੰਨੇ ਕਿ ਨਹੀਂ ਸੋਹਣੀ। ਤੇ ਇੱਧਰ ਦੇਖੋ, ਹੋਰ ਤੇ ਵੈਸੇ ਕੋਈ ਖਲਾਰਾ ਨਹੀਂ ਹੈ। 2-3 ਦਿਨ ਪਿੱਛੋਂ ਜਿਹੜਾ ਮੀਂਹ ਆਉਂਦਾ ਆਇਆ ਹਨਾ, ਤੇ ਨੇਰ ਨੂਰ ਆਉਂਦਾ ਰਿਹਾ, ਉਹਦਾ ਕਰਕੇ ਖਲਾਰਾ ਜਿਹੜਾ ਵਾ ਬਾਹਰ ਵਿਹੜੇ 'ਚ ਬਹੁਤ ਜ਼ਿਆਦਾ ਪਿਆ ਵਾ, ਅਤੇ ਅੰਦਰ ਤਾਂ ਸਿਰਫ ਆ ਕੱਪੜਿਆਂ ਕੁੱਪੜਿਆਂ ਦਾ ਖਲਾਰਾ। ਤਾਂ ਤੁਹਾਨੂੰ ਪਤਾ ਘੱਟਾ ਮਿੱਟੀ 'ਤੇ ਚੜ ਹੀ ਜਾਂਦਾ ਵਾ, ਹਵਾ ਆ ਜੇ ਤਾਂ ਉਹਦੇ ਨਾਲ ਤਾਂ ਹੋਰ ਹੀ ਜ਼ਿਆਦਾ, ਅਤੇ ਇਸ ਕਰਕੇ ਉਹ ਖਲਾਰਾ ਵਾ। ਅਤੇ ਹੁਣ ਆਪਾਂ ਕਵਲ ਆ ਚੁੱਕੀ ਆ, ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਆਪਣੇ ਸਾਫ਼ ਸਫਾਈ ਦਾ ਕੰਮ। ਅਤੇ ਮੈਨੂੰ ਨਾ ਮੈਂ ਉੱਠੀ ਤਾਂ ਹੈਗੀ ਹਾਂ 7 ਵਜੇ ਦੀ, 7 ਵਜੇ ਦੀ ਨਹਾ ਕੇ ਚਾਹ ਪੀ ਕੇ ਮੈਂ ਬਹਿ ਗਈ। ਹੈਂ ਤੀਰ ਖੇ ਮਾਰਨਾ ਵਾ, ਆ ਨਿੱਕੇ ਨਿੱਕੇ ਕੱਪੜੇ 'ਚ ਮੈਂ ਜੋੜ ਜੋੜ ਕੇ ਰੱਖੇ ਹੈ, ਜੋੜ ਕੇ ਰੱਖ ਕੇ ਅਤੇ ਮੈਂ ਜੋਣ ਡੀਕਣ ਲੱਗੀ, ਡੀਕ ਡੀਕ ਕੇ ਫੂਨ ਵਹਿੰਦੀ ਵਹਿੰਦੀ ਨਾ ਮੈਨੂੰ ਇੱਕ ਹਿਸਾਬ ਦੀ ਫਿਰ ਸੁਸਤੀ ਪੈ ਗਈ ਆ, ਮੈਨੂੰ ਉਹ ਫਿਰ ਨੀਂਦ ਆਉਣ ਲੱਗ ਪਈ। ਏਦਾਂ ਮਤਲਬ ਕਿ ਜਦੋਂ ਬੰਦਾ ਹਨਾ ਉੱਠਦਿਆਂ ਸਾਰ ਕੰਮ ਤੇ ਲੱਗ ਜੇ ਤੇ ਜਦੋਂ ਬਾਅਦ ਵਿੱਚ ਫਿਰ ਡੀਕਣਾ ਪੈਂਦਾ ਨਾ, ਵੀ ਉਹ ਆਉਂਦੀ ਆ ਤੇ ਕਰਦੇ ਆ, ਉਹ ਆਉਂਦੀ ਆ ਤੇ ਕਰਦੇ, ਉਹ ਫਿਰ ਸੁਸਤੀ ਪੈ ਜਾਂਦੀ ਆ। ਹੁਣ ਮੈਨੂੰ ਪਾਤੀ ਇੰਨੀ ਸੁਸਤੀ, ਫਿਰ 10 ਵਜੇ ਆਈ ਮੈਂ ਕਦੋਂ ਦੀ ਉੱਠੀ ਆ। ਤੇ ਆਏ ਮੇਰੇ ਦੁਪੱਟੇ ਦੀ ਲੈਸ ਵੇਖ ਕਿੰਨੀ ਵਧੀਆ, ਕਵਲ ਆ ਦੁਪੱਟੇ ਦੀ ਲੈਸ ਵੇਖ ਕਿੰਨੀ ਵਧੀਆ ਲੱਗ ਜਾਂਦੀ ਤੇਰੇ। ਹਮ ਕਿੰਨੇ ਵਜੇ ਉੱਠੇ ਤੁਸੀਂ? 7 ਵਜੇ ਦੀ ਉੱਠੀ ਆ ਮੈਂ। ਤੇ ਮੈਂ 6:30 ਵਜੇ ਦੀ ਉੱਠ ਕੇ ਗਈ ਕੰਮ ਦੇ। ਤੇ ਤੂੰ ਕੰਮ ਦੇ ਲੱਗ ਗਈ ਆ ਨਾ, ਮੈਂ ਉੱਠ ਕੇ ਨਹਾਤੀ, ਨਹਾ ਕੇ ਮੈਂ ਸਿਰਫ ਪਾਣੀ ਗਰਮ ਪੀਤਾ, ਗਰਮ ਪਾਣੀ ਪੀ ਕੇ ਫਿਰ ਮੈਂ ਚਾਹ ਪੀਤੀ ਬਣਾ ਕੇ ਥੋੜੀ ਜੀ, ਤੇ ਫਿਰ ਮੈਂ ਆਹ ਨਿੱਕੇ ਨਿੱਕੇ ਜਿਹੇ ਕੱਪੜੇ ਜਿਹੜੇ ਜੋੜ ਕੇ ਰੱਖਣੇ ਸੀ ਉਹ ਜੋੜ ਕੇ ਰੱਖੇ, ਬਸ ਇੰਨਾ ਕੀ ਕੰਮ ਕੀਤਾ ਜੀ, ਤੇ ਮੁੜ ਕੇ ਮੈਂ ਫਿਰ ਬਹਿ ਗਈ। ਹੈਂ ਤੇ ਉਹ ਮੈਨੂੰ ਫਿਰ ਪੈ ਗਈ ਸੁਸਤੀ, ਤੇ ਹੁਣ ਮੈਨੂੰ ਐਂ ਲੱਗਣ ਦਿਆ ਕਿ ਜਿਵੇਂ ਨਾ ਮੈਨੂੰ ਬੜੀ ਨੀਂਦ ਆਉਣ ਦੀ ਆ, ਸੁਸਤੀ ਪਾਤੀ ਮੈਨੂੰ ਫੇਰ ਇਹਨੇ। ਤੇ ਕਵਲ ਆਪਣੇ ਬੂਟੇ ਵੇਖ ਕਿੰਨੇ ਖਰਾਬ ਹੋਏ ਹਨਾ, ਪਾਣੀ ਨੀ ਨਾ ਪਿਆ ਵਿਚਾਰਿਆਂ ਨੂੰ, ਤੇ ਤਾਂ ਕਰਕੇ ਹੁਣ ਇਹਨਾਂ ਦੀ ਵੀ ਕੇਅਰ ਕਰਦੇ ਹਾਂ। ਅੱਜ ਤੇ ਇਹਨੇ ਮੈਨੂੰ ਚੜੇ ਅਰਜੀ ਨੇ ਸੁਸਤੀ ਪਾ ਕੇ ਮੇਰਾ ਕੰਮ ਹੀ ਵਧਾ ਤਾ, ਓਦਾਂ ਮੈਂ ਕਿੰਨੀਆਂ ਸੋਚਿਆ, ਓਦਾਂ ਮੈਂ ਸੋਚਿਆ ਕਿ ਕਿੰਨਾ ਕਿ ਮੈਂ ਆਹ ਕੰਮ ਕਰਨਾ ਜਾਂ ਕੰਮ ਕਰਨਾ, ਤੇ ਹੁਣ ਮੈਨੂੰ ਸੁਸਤੀ ਪੈ ਗਈ ਆ। ਧੋ ਦੋ, ਧੋਣ ਦਾ ਮੈਂ ਨਹੀਂ, ਮੈਂ ਆਖਦੀ ਧੋਣ ਦਾ ਖਲਾਰਾ ਨਾ ਪਾ ਕੇ ਪੋਚੇ ਹੀ ਲਾ ਲਈਏ। ਕਿਉਂ? ਪਾਣੀ ਬਦਲ ਬਦਲ ਕੇ। ਚਲ ਹਾਂ ਫਿਰ ਇਦਾਂ ਕਰ ਲੈ ਹਣਾ, ਜੇ ਦੂਜਾ ਪਾਣੀ ਦਾ ਖਲਾਰਾ ਪਾ ਲਿਆ ਉਹ ਫਿਰ ਜ਼ਿਆਦਾ ਹੀ ਕੰਮ ਵੱਧ ਜਾਣਾ। ਹਾਂ ਪੋਚਾ ਲਾ ਦੇ ਵਧੀਆ, ਲਾ ਕੇ ਨਾ ਪੁੱਟ ਕੇ। ਹਾਂ ਪੋਚਾ ਲਾ ਦੇ, ਇੱਧਰ ਕੱਪੜੇ ਪੈ ਨਹੀਂ ਆ ਕਿਹੜਾ ਜ਼ਿਆਦਾ ਠੰਡੇ ਦਾ ਕਰਕੇ ਕਹਿੰਦੀ ਪੋਚਾ ਨਾ, ਨਹੀਂ ਤਾਂ ਧੋਲਾ ਹੀ ਨਹੀਂ। ਹਾਂ ਨਹੀਂ ਪਤਾ ਕੀ ਆ, ਉਹ ਹਵਾ ਜੀ ਦਾ ਉਹੀ ਆ, ਕਾਗਜ਼ ਕੁਗਜ਼ ਜੇ ਆਏ ਨਾ ਮੀਂਹ ਦਾ ਨਹੀਂ ਨਾ ਪਤਾ, ਫਿਰ ਜੇ ਧੋਤਾ ਤੇ ਫਿਰ ਪੰਗੇ ਜਾਂਦਾ। ਸਹੀ ਗੱਲ ਵੀ ਕਰ ਲੈ ਗਈ, ਪੁਆਇੰਟ ਪੁਆਇੰਟ ਵੀ ਨੋਟਡ, ਨੋਟ ਕਰ ਲਿਆ। ਹਾਏ ਉਹ ਕੀ ਲਾਤਾ ਜੀ, ਉਹ ਸਾਰਾ ਅੰਕਲ ਤੇਰੇ ਦਾ ਚੋਲਾ ਗੰਦਾ ਕਰਤੇ ਥੱਲਿਓਂ, ਪਲੀਜ਼ ਕਿੰਨੂੰ ਨਹੀਂ ਹੈ ਯਾਰ, ਉਹ ਲੱਗ ਗਿਆ ਥੱਲੇ ਲੱਗ ਗਿਆ ਦੀ ਲੱਗ ਕੋਈ ਨਹੀਂ, ਕੱਪ ਚ ਪਾਣੀ ਪਾ ਕੇ ਨਾ ਤੋ ਦਿੰਨੀ ਹੁਣ, ਕਹਿ ਇਦਾਂ ਕਰ ਦਿੰਨੀ ਆ। ਹਾਂ ਤੇ ਕੁਝ ਪਹਿਲਾਂ ਵਗਾੜੋ, ਸਤਿ ਸ਼੍ਰੀ ਅਕਾਲ, ਪਹਿਲਾਂ ਵਗਾੜੋ ਤੇ ਮੁੜ ਕੇ ਸਵਾਰੋ। ਉਹ ਕਿੱਥੇ ਚੜ ਗਈ ਮੈਡਮ, ਮੈਡਮ ਵੀ ਵਹਿੰਦੀ ਇਹਨੂੰ ਫੁੱਲ ਮਿਲੀ, ਉੱਥੇ ਵੀ ਵਿਚਾਰੀ ਬੱਜੀ ਜੀ ਰਹੀ ਆ, ਨਿਆਣੇ ਡਰਦੇ ਹੀ ਇਤੋਂ, ਤੇ ਤਾਂ ਕਰਕੇ ਵਿਚਾਰੀ ਨੂੰ ਬੰਨੀ ਬੰਨੀ ਲੱਗਿਆ। ਹੁਣ ਇੱਥੇ ਇਹਨੂੰ ਕੱਲ ਦੀ ਖੁੱਲ ਮਿਲੀ ਆ, ਤੇ ਇਹ ਵੀ ਕੀ ਆ
ਐ ਹਵਾ ਚ ਹੋਈ ਪਈ ਆ, ਜੇਲ ਚੋ ਨਿਕਲੀ ਆ ਕੌਣ? ਆਪਣਾ ਘਰ ਉਹ ਕਹਿੰਦੇ ਹੁੰਦੇ ਨਾ, ਆਪਣਾ ਘਰ ਆਪਣਾ ਘਰ ਹੀ ਹੁੰਦਾ, ਤੇ ਅੱਜ ਇਹਨੂੰ ਵੀ ਲੱਗਣ ਦਿਆ ਹੋਣਾ ਕਿ ਆਪਣਾ ਘਰ ਹੀ ਹੁੰਦਾ। ਸਹੀ ਗੱਲ ਵੇ ਹੈ ਨਾ, ਹੁਣ ਨਾ ਮਤਲਬ ਕਿ ਜਿੱਦਾਂ ਮਰਜ਼ੀ ਉਹ ਵੀ ਘਰ ਚੱਲ ਆਪਣਾ ਹੀ, ਪਰ ਨਹੀਂ ਆਹ ਜਿਹੜਾ ਘਰ ਆਪਣਾ ਵਾ ਨਾ, ਜਿਹੜਾ ਮਤਲਬ ਕਿ ਆਪਣਾ ਵਾ, ਇਹ ਆਪਣਾ ਹੀ ਹੈ ਇੱਕ ਹਿਸਾਬ ਦਾ। ਆਪਦਾ ਘਰ ਆਪਦਾ ਹੀ ਘਰ ਹੁੰਦਾ, ਜਿੱਦਾਂ ਮਰਜ਼ੀ ਆਪਾਂ ਰਹਿੰਦੇ ਬਹਿੰਦੇ ਹਾਂ ਨਾ, ਜਦੋਂ ਮਰਜ਼ੀ ਉੱਠਦੇ ਹਾਂ, ਜਿੱਦਾਂ ਮਰਜ਼ੀ ਕੰਮ ਕਰਦੇ ਹਾਂ, ਤੇ ਉਹ ਹਨਾ ਸੰਗ ਜੀ ਰਹਿੰਦੀ ਬੰਦੇ ਨੂੰ। ਸਹੀ ਗੱਲ, ਹਾਂ ਨਹੀਂ ਮਤਲਬ ਕਿ ਹੈ ਤੇ ਅਜੇ ਤੇ ਕੋਈ ਨੀ, ਅਜੇ ਤੇ ਚਲੋ ਮੰਮੀ ਆ, ਜਦੋਂ ਪਰਚਾਈਆਂ ਆ ਜਾਣ ਉਦੋਂ ਜ਼ਿਆਦਾ ਹੁੰਦਾ ਹਨਾ। ਕਿੱਥੇ ਤੇ ਹੁਣ ਆਪਾਂ ਕਰਦੇ ਆ, ਸਭ ਤੋਂ ਪਹਿਲਾਂ ਕਮਲ ਮੈਨੂੰ ਲੱਗਦਾ ਕਿ ਬਾਹਰ ਪਹਿਲਾਂ ਬਾਹਰੋਂ ਕਰਨਾ ਵਾ, ਪਹਿਲਾਂ ਬਾਹਰੋਂ ਸਾਫ਼ ਸਫਾਈ ਕਰੂਗੀ ਤੇ ਫਿਰ ਆਪਾਂ ਅੰਦਰ ਕਮਰਿਆਂ ਚੋਂ ਕਰਾਂਗੇ। ਤੇ ਮੈਨੂੰ ਨਾ ਐ ਲੱਗਣ ਦਿਆ ਕਿ ਮੈਨੂੰ ਚਾਹ ਦੀ ਜ਼ਰੂਰਤ ਆ, ਚਾਹ ਪੀ ਲਾ ਤੇ ਫਿਰ ਸੁਸਤੀ ਜੀ ਕਰੂਗੀ। ਆਪ ਮੈਂ ਲਿਆ ਰਹੀ ਗਾ ਉਥੋਂ, ਉਹ ਜੇ ਤੇ ਭੁੱਲ ਗਿਆ ਹੋਣਾ, ਬਰਾਬਰ ਕੋਈ ਲੈ ਗਿਆ ਪਤਾ ਹੀ ਭੁੱਲ। ਮੈਂ ਹੋਰ ਕੁਛ ਨੀ ਮੇਲੇ ਚੋਂ ਖਰੀਦਿਆ, ਕਿਉਂਕਿ ਜਦੋਂ ਆਪਾਂ ਨਿੱਕੇ ਹੁੰਦੇ ਹਾਂ ਨਾ, ਉਦੋਂ ਬੜਾ ਚਾਅ ਹੁੰਦਾ ਸੀ ਆਹ ਵੀ ਚੀਜ਼ ਲੈ ਲਈਏ ਮੇਲੇ ਚੋਂ, ਆਹ ਵੀ ਚੀਜ਼ ਲੈ ਲਈਏ ਨਾ, ਤੇ ਮਤਲਬ ਘਰ ਵਾਸਤੇ ਵੀ ਆਖਣਾ ਆਹ ਵੀ ਚੀਜ਼ ਲੈ ਲਈਏ। ਵੀ ਜੇ ਹੁਣ ਆਪਾਂ ਦੇ ਘਰ ਦੀ ਜਿਹੜੀ ਜ਼ਰੂਰਤ ਦੀ ਚੀਜ਼ ਹੁੰਦੀ ਹੈ ਤੇ ਬਾਜ਼ਾਰੋਂ ਲੈ ਹੀ ਆਈਦੀ ਆ, ਤੇ ਹੁਣ ਮਤਲਬ ਕਿ ਮੇਲੇ 'ਚ ਕੋਈ ਚੀਜ਼ ਜੀ ਨਹੀਂ ਲੱਭਦੀ ਖਰੀਦਣ ਵਾਸਤੇ। ਮੈਂ ਸਿਰਫ ਇੱਕ ਸੂਈਆਂ ਲੈ ਕੇ ਆਈ ਸਿਰ ਤੇ ਲਾਉਣ ਦੀ, ਉਹ ਤਾਂ ਤੁਸੀਂ ਪਹਿਲੇ ਕਿਹਾ ਉਹ ਤੇ ਮੈਂ ਕਿਹੜੀ ਲੈ, ਉਹ ਤਾਂ ਮੈਂ ਵੇਖਿਆ ਹੀ ਨਹੀਂ, ਧਿਆਨ 'ਚ ਹੀ ਨਹੀਂ ਰਹੀ ਮੇਰੇ 'ਚ, ਧਿਆਨ 'ਚ। ਤੂੰ ਤਾਂ ਕਹਿੰਦੀ ਆ ਮੈਂ ਆਉਣਾ, ਮੁੜ ਕੇ ਆਈ ਨਹੀਂ। ਸਹੀ ਗੱਲ ਕਿ ਸੋਚੀ ਦਾ, ਮੈਂ ਕੁਛ ਨੀ ਖਰੀਦਿਆ ਮੇਲੇ ਚ, 1 ਰੁਪਏ ਦੀ ਚੀਜ਼ ਨੀ ਖਰੀਦੀ, ਤੇ ਪ੍ਰਭ ਨੇ ਵੀ ਮੇਰੇ ਤੋਂ 1 ਰੁਪਿਆ ਨੀ ਲਿਆ, ਤੇ ਫਿਰ ਵੀ 12-1300 ਰੁਪਇਆ ਐਵੇਂ ਲੱਗ ਗਿਆ, ਤੇ ਮੈਂ ਸੋਚਣ ਦੀ ਆ ਵੀ ਮੈਂ ਖਰਚਿਆ ਕਿੱਥੇ। ਹੁਣ ਮੈਂ ਸੋਚਣ ਦੀ ਆ ਕਿ ਜਿੰਨੇ ਕੁ ਮੈਨੂੰ ਦਿੱਤੇ, ਜਿੰਨੇ ਕੁ ਕਿਸੇ ਨੇ ਦਿੱਤੇ ਤੇ ਉਹਨੇ ਵੀ ਗਾੜੀਆਂ ਮੈਂ ਦਿੱਤੀਆਂ, ਤੇ ਸਭ ਕਿਤਾਬ ਬਰਾਬਰ ਜਿਹਾ ਰਿਹਾ। ਇਹੋ ਹੀ ਹੁੰਦਾ ਕਿ ਭੈਣਾਂ ਦੇ ਜਵਾਕਾਂ ਨੂੰ ਦੇਣਾ ਤੇ ਜਾਂ ਉਹਨਾਂ ਨੇ ਆਪਣੇ ਨੂੰ ਦੇਣਾ ਹੋਣਾ, ਤੇ ਉਹਨੇ ਕੁ ਹਿਸਾਬ ਕਿਤਾਬ ਤੇ ਉਹਦੇ ਬਰਾਬਰ ਜਿਹਾ ਰਿਹਾ ਕਿ ਜਿੰਨੇ ਕੁ ਉਹਨੇ ਦਿੱਤੇ ਉਹਨਾਂ ਕਿ ਮੈਂ ਵਾਪਸ ਦੇ ਦਿੱਤੇ। ਤੇ ਪਰ ਮੈਨੂੰ ਸਮਝ ਨੀ ਆਉਂਦੀ ਵੀ ਮੇਰੇ 12-1300 ਰੁਪਇਆ ਲਾ ਕਿੱਥੇ ਲਿਆ, ਰੁਪਈਏ ਇੱਕ ਦੀ ਨਾ ਚੀਜ਼ ਖਾਧੀ ਤੇ ਨਾ ਲਈ, ਬਸ ਏਦਾਂ ਜਿਹੜਾ ਲੰਗਰ ਛੱਕ ਕੇ ਘਰੇ ਬੜਾ ਵੈਸੇ ਇੰਜੋਏ ਬਹੁਤ ਕੀਤਾ, ਬੜਾ ਹੀ ਮਜ਼ਾ ਆਇਆ, ਮਤਲਬ ਕਿ ਸਾਰਿਆਂ ਗੱਲਾਂ ਬਾਤਾਂ, ਇੱਧਰੋਂ ਉੱਠਣਾ ਦੂਜੇ ਘਰ, ਦੂਜੇ ਘਰ ਉੱਠਣਾ ਤੀਜੇ ਘਰ, ਸਾਰਾ ਦਿਨ ਤੈਨੂੰ ਪਤਾ ਜਦੋਂ ਇੱਧਰ ਰਲ ਗਿਆ ਹੋਈਏ ਚਾਚੇ ਤਾਏ ਦੀਆਂ ਕੁੜੀਆਂ ਭੈਣਾਂ ਸਾਰੀਆਂ ਨਾ, ਤੇ ਬੜਾ ਮਜ਼ਾ ਆਉਂਦਾ, ਬੜਾ ਇੰਜੋਏ ਕੀਤਾ। ਗੁਰਦੁਆਰੇ ਹੀ ਜਾਂਦੀ ਹੋ ਰਹੀ ਆ 5:30-6 ਵਜੇ ਸ਼ਾਮਾਂ ਨੂੰ, 7:30 ਘਰੇ। ਹਾਂ ਸਾਰਾ ਦਿਨ ਘਰੇ ਹੀ ਬਸ। ਪਹਿਲਾਂ ਨਾ ਜਾਂਦਾ 2 ਦਿਨ ਦੇ ਮੰਮੀ ਨੇ ਮੇਰਾ ਸੂਟਾਂ ਤੋਂ ਹੀ ਨਾ ਉੱਠਾ ਦਿੱਤਾ, ਮੈਂ 200 ਸੂਟ ਦੋਣ ਲੱਗੀ। ਪਹਿਲਾਂ ਇੱਕ ਗਗਨ ਦਾ ਸੂਟ ਸੀਤਾ, ਮੰਮੀ ਦਾ ਸੂਟ ਸੀਤਾ, ਆਪਦਾ ਸੀਤਾ, ਇੱਕ ਹੋਰ ਮੰਮੀ ਦਾ ਸੀਤਾ, 4 ਸੂਟ ਸੀਤੇ 2 ਦਿਨਾਂ ਦੇ ਵਿੱਚ। ਪੰਜਵੇਂ ਤੀਜੇ ਦਿਨ ਮੰਮੀ ਆਉਂਦੀ ਫਿਰ ਬਹਿ ਮਸ਼ੀਨ ਦੀ, ਮੈਂ ਜਾ ਬੈਠੀ ਰਹੀ, ਮੈਂ ਨੀ ਬਹਿਣਾ ਹੁਣ, ਮੈਂ ਮੇਲਾ ਵੇਖਣਾ ਹੀ, ਮੈਂ ਤੁਸੀਂ ਮੇਰਾ ਜੀਣਾ ਆਰਾਮ ਕੀਤਾ ਪਿਆ।
ਮੈਂ ਅੱਗੇ ਕਹਿਣ ਦੀ ਹਾਂ, ਮੈਂ ਕਿਹਾ ਕਿਸੇ ਕੁੜੀ ਨੂੰ ਸਿਲਾਈ ਵੀ ਨਹੀਂ ਆਉਣੀ ਚਾਹੀਦੀ ਘਰ ਜਾਣਾ, ਅਤੇ ਜਦੋਂ ਨਹੀਂ ਤਾਂ ਪੇਕੇ ਆਈਦਾ ਅਤੇ ਜਾਂ ਕਿਤੇ ਵੀ ਜਾਈਦਾ, ਅਗਲੇ ਮਸ਼ੀਨ ਦੇ ਕੇ ਪਾ ਦਿੰਦੇ ਵੀ ਸਾਡੇ ਸੂਟ ਹੀ ਸੀਗੇ ਜਾ ਆਉਣੀ ਹੋਏ ਤਾਂ ਆਪਦੇ ਬੰਦੇ ਤੇ ਸੀ ਸਕਦਾ ਨਾ, ਆਪਦੇ ਤੇ ਸੀ ਸਕਦਾ ਨਾ, ਆਪਣੇ ਜੋਗਾ ਸਿੱਖ ਲਿਆ, ਜੇ ਨਹੀਂ ਤੇਰਾ ਜੀ ਕਰਦਾ ਸਵਾਈ ਦੀ ਪੈਣ ਤੇ ਤੂੰ ਨਾ ਪੈ, ਜਨਾਨੀ ਘਰੋਂ ਦੋ ਦਿਨ ਚਲ ਜਾਣਾ ਤੇ ਘਰ ਦਾ ਬੁਰਾ ਹਾਲ ਹੋ ਜਾਂਦਾ ਵਾ, ਉਹ ਸਾਡੇ ਘਰ ਤੋਂ ਵੇਖ ਲੋ। ਅਜੇ ਨੀ ਆ ਵੀ ਮੈਂ ਘਰ ਨੀ ਹੈਗੀ, ਮੈਂ ਘਰ ਨਹੀਂ ਹੈਗੀ ਤੇ ਅੰਕਲ ਤੇਰਾ ਦੇ ਘਰੇ ਹੀ ਨਾ, ਬਸ ਇਹ ਕਿ ਜਿਹੜਾ ਘਰ ਨੂੰ ਆਪਾਂ ਜਨਾਨੀ ਨੇ ਹੱਥ ਪੱਲਾ ਮਾਰਦੇ ਰਹਿਣਾ ਨਾ, ਸਾਫ਼ ਸਫਾਈ ਕਰਦੇ ਰਹਿਣਾ ਰੋਜ਼ ਦਿਹਾੜੀ, ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਕੋਈ ਵੀ, ਨਾਲੇ ਘਰ ਦੀ ਜਿਹੜੀ ਉਹ ਸ਼ਕਲ ਬਰਕਰਾਰ ਰਹਿੰਦੀ। ਸਿਰਫ ਅਜੇ 5 ਦਿਨ ਆ, ਜੇ ਕਿਤੇ ਉਹ ਕਿਤੇ ਮੈਂ ਮਹੀਨਾ ਲੱਗ ਗਿਆ ਹੋਵਾਂ ਤੇ ਮੈਂ ਤਾਂ ਨਹੀਂ ਇਹਦੇ ਤੇ ਦੜੇ ਚੜੇ ਹੋਣ ਕਿਤੇ ਗੰਦ ਦੇ, ਤੇ ਬਾਕੀ ਸਹੀ ਗੱਲ ਆ। ਅੱਜ ਹਾਂ ਉੱਥੇ ਵੀ ਨਾ ਸਰ, ਉੱਥੇ ਵੀ ਜੋ ਲੱਗਣਾ ਸਵੇਰ ਤੋਂ, ਤੈਨੂੰ ਪਤਾ ਹੀ ਆ ਵੀ ਕੰਮ ਕਰ, ਉੱਥੇ ਵੀ ਕਿਹੜਾ ਦੂਜਾ ਮਰਾ, ਉਦੋਂ ਖਲਾਰੇ ਵੀ ਇੰਨੇ ਜ਼ਿਆਦਾ, ਇੰਨੇ ਖਲਾਰੇ ਵੱਜ ਜਾਂਦੇ, ਮੈਂ ਨੀ ਵੀ ਇਧਰੋਂ ਸਫਾਈ ਕਰਕੇ ਹਟਣਾ ਤੇ ਇਧਰੋਂ ਨਿਆਣਿਆਂ ਨੇ ਫੇਰ ਇੰਨਾ ਖਲਾਰਾ ਪਾਇਆ ਹੋਣਾ ਕਿ ਪਤਾ ਹੀ ਨਹੀਂ ਲੱਗਣਾ ਕਿ ਹੁਣੇ ਸਫਾਈ ਕੀਤੀ ਹੈ ਕਿ ਨਹੀਂ ਕੀਤੀ। ਛੋਟੇ ਛੋਟੇ ਤੇ ਬੱਚੇ ਸਾਰੇ, ਕੋਈ ਸਾਰੇ ਇੱਕੋ ਜਿਹੇ ਹੋਣ ਨਾ, ਤੇ ਵੱਡੇ ਵੱਡੇ ਸਾਫ਼ ਸਫਾਈ ਕਰਨ ਵਾਲੇ ਫਿਰ ਤਾਂ ਚੱਲ ਹੁੰਦਾ ਵਾ, ਤੇ ਅਜੇ ਸਾਰੀਆਂ ਨੇ ਇੱਕ ਜਣੀ ਨੇ ਉੱਠ ਕੇ ਝਾੜੂ ਫੜ ਲੈਣਾ, ਇੱਕ ਜਣੀ ਨੇ ਰਸੋਈ ਵੱਲ ਨੂੰ ਹੋ ਜਾਣਾ, ਇੱਕ ਜਣੇ ਕੱਪੜੇ ਲੱਤੇ ਵੱਲ ਹੋ ਜਾਣਾ ਵੀ ਧੋਣ ਧਾਣ ਵੱਲ, ਤੇ ਇੱਕ ਭਾਂਡੇ ਛੰਨੇ ਵੱਲ ਹੋ ਜਾਣਾ, ਤੇ ਫਿਰ ਵੀ ਚੌਵਾਂ ਜਣੀਆਂ ਤੋਂ ਜਿਹੜਾ ਕੰਮ ਨਹੀਂ ਸੂਤਰ ਆਉਂਦਿਆ, 4 ਜਣੀਆਂ ਹਾਂ ਤੇ ਇਹ ਵਿੱਚ ਨਿਆਣੇ, ਦੋਵਾਂ ਦੇ ਤਾਂ ਨਿਆਣੇ ਹੀ ਵਿਚਾਰੀਆਂ ਦੇ ਸਾਂਭਣ ਵਾਲੇ, ਤੇ ਇੰਦਰਜੀਤ ਤੇ ਸਗੋਂ ਹੁਣ ਚਲੋ ਘੱਟ ਹੀ ਤੰਗ ਕਰਦੇ ਆ, ਪਰ ਇਹ ਵੀ ਖਲਾਰਾ ਬੜਾ ਪਾਉਂਦੇ ਉਹ ਵੀ ਅਜੇ, ਤੇ ਦੂਜੀ ਦਾ ਨਿੱਕਾ ਸੀ ਤੇ ਉਹਨੂੰ ਫਿਰ ਜ਼ਿਆਦਾ ਹੁੰਦਾ ਸੀ, ਬੱਚਿਆਂ ਦੇ ਨਾਲ ਤੈਨੂੰ ਪਤਾ ਹੋਰ ਔਖਾ ਜਾਂਦਾ, ਹੁਣ ਇੱਥੇ ਮੈਨੂੰ ਬੈਠੇ ਰਹਿ ਜਾਂਦੇ ਤੂੰ ਉਧਰੋਂ ਲੱਗ ਗਿਆ, ਨਹੀਂ ਤੇ ਮੈਂ ਉੱਠ ਕੇ ਤੁਰ ਪੈਣੇ ਅੰਦਰ ਨੂੰ, ਮੈਂ ਤੇਰੇ ਲਾਗੇ ਤਾਂ ਬੈਠੀ ਹਾਂ ਕਿ ਮੈਨੂੰ ਪਤਾ ਅੱਜ ਕੂੜਾ ਜ਼ਿਆਦਾ ਵਾ, ਨਾਲੇ ਗੱਲਾਂ ਬਾਤਾਂ ਹੋ ਜਾਣਗੀਆਂ ਤੇਰੇ ਨਾਲ, ਤੇ ਮੈਂ ਘੱਟਾ ਪਵਾਉਂਦੀ, ਵੈਸੇ ਮੈਂ ਨਹਾਤੀ ਹਾਂ, ਨਾਲੇ ਤੇਰਾ ਟਾਈਮ ਪਾਸ ਹੋ ਜੂਗਾ, ਤੇ ਗੱਲ ਵੇਲਾ ਮੈਂ ਕਿੱਧਰ ਦੀ ਕਿੱਧਰ ਘੁਮਾ ਕੇ ਲੈ ਗਈ, ਪਤਾ ਹੀ ਨਹੀਂ ਲੱਗਾ ਮੈਨੂੰ ਕਿੱਧਰ ਦੀ ਕਿੱਧਰ ਕਰਤੀ, ਤੇ ਉਹ ਮਹਾਰਾਣੀ ਵੇਖੋ ਕਿੱਥੇ ਬਹਿ ਗਈ ਚੜ ਕੇ, ਉਹ ਲੋ ਗਾਇਸ ਟਾਈਮ ਹੋ ਗਿਆ 4 ਵਜੇ ਦਾ, ਤੇ ਅੱਜ ਸਾਰਾ ਦਿਨ ਆਪਣਾ ਇੱਦਾਂ ਹੀ ਕੰਮ ਕਾਰ 'ਚ ਨਿਕਲਿਆ, ਕਿਉਂਕਿ ਕੱਲ੍ਹ ਜਿੱਦਾਂ ਕਿ ਤੁਸੀਂ ਵੇਖਿਆ ਸੀ ਕਿ ਆਪਾਂ ਆਏ ਸੀਗੇ ਉੱਥੋਂ ਮੰਮੀ ਹੋਣਾਂ ਦੇ ਕੋਲੋਂ, ਅਤੇ ਪਿਛਲੇ ਸਾਰੇ ਵਲੋਗਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਅਤੇ ਇੱਧਰ ਜਗਰੂਪ ਸਨੋਈ ਨੂੰ ਬੰਨਣ ਦਾ ਇਹਦੇ ਦੇਖੋ, ਕਿਉਂਕਿ ਬੱਚੇ ਟਿਊਸ਼ਨ ਵਾਲੇ ਆਉਣ ਵਾਲੇ ਆ, ਅਤੇ ਇੰਨੇ ਬਾਅਦ ਵਿੱਚ ਉਹਨਾਂ ਦੇ ਪੈਰਾਂ ਨੂੰ ਪੈਣਾ, ਅਤੇ ਅਸੀਂ ਸੋਚਿਆ ਪਹਿਲਾਂ ਇਹਨੂੰ ਬੰਨ ਦਈਏ, ਇਹਨੂੰ ਬੰਨਿਆ ਹੋਵੇ ਤਾਂ ਫਿਰ ਸੈਟਿੰਗ ਰਹਿੰਦੀ, ਫਿਰ ਪਤਾ ਕੀ ਆ ਪੇਰੈਂਟਸ ਕਹਿੰਦੇ ਆ ਕਿ ਇਹਨੂੰ ਬੰਨ ਕੇ ਰੱਖਿਆ ਕਰੋ,
ਤੇ ਹੁਣ ਆਪਾਂ ਹੋਏ ਆ ਵਿਹਲੇ ਤੇ ਲਓ ਜੀ ਮੈਂ ਬੱਚਿਆਂ ਦਾ ਨਾਂ ਲਿਆ ਤੇ ਬੱਚਿਆਂ ਦਾ ਗੇਟ ਖੜਕਾ ਵੀ ਦਿੱਤਾ ਤੇ ਮਿਲਦੇ ਤੁਹਾਨੂੰ ਥੋੜੀ ਦੇਰ ਤੱਕ, ਪਹਿਲਾਂ ਮੈਂ ਗੇਟ ਖੋਲ ਆਵਾਂ। ਤੇ ਲਓ ਗਾਈਸ ਹੁਣ ਫਿਰ ਵਲੌਗ ਦੀ ਮੈਂ ਸ਼ੁਰੂਆਤ ਕਰ ਲਈ ਆ। ਗੇਟ ਖੋਲਣ ਗਈ ਸੀ ਤੇ ਇੱਕ ਬੱਚਾ ਟਿਊਸ਼ਨ ਵਾਲਾ ਆਇਆ ਤੇ ਮੈਂ ਕਿਹਾ ਚਲੋ ਦੂਜੇ ਆ ਹੀ ਜਾਣ ਤੇ ਫਿਰ ਹੀ ਆਪਾਂ ਉਹਨਾਂ ਦੇ ਕੋਲ ਜਾ ਕੇ ਬਹਿੰਦੇ ਹਾਂ। ਤੇ ਘਰੇ ਆਉਂਦਿਆਂ ਨੂੰ ਇੰਨਾ ਜ਼ਿਆਦਾ ਖਲਾਰਾ, ਜਿਹੜਾ ਕਿ ਤੁਸੀਂ ਪਿੱਛੇ ਵੀਡੀਓ 'ਚ ਵੇਖ ਹੀ ਚੁੱਕੇ ਸੀ ਕਿ ਇੰਨਾ ਖਲਾਰਾ ਪਿਆ, ਮਤਲਬ ਕਿ ਉੱਦਾਂ ਨਹੀਂ ਕੋਈ ਵੀ ਖਲਾਰਾ ਪਿੱਛੋਂ ਹੈ ਨਾ, ਮੀਂਹ ਨੇਰੀ ਜੀ ਆਈ ਤੇ ਉਹਦਾ ਕਰਕੇ ਨਾ ਘੱਟਾ ਮਿੱਟੀ ਬਹੁਤ ਆ ਗਈ ਸੀ, ਰੇਤ ਜੀ ਬੜੀ ਆ ਗਈ ਸੀ ਉੱਡ ਉੱਡ ਕੇ, ਤੇ ਉਹਦਾ ਖਲਾਰਾ ਕਵਲ ਵਿਚਾਰੀ ਆਈ ਤੇ ਕਵਲ ਨੇ ਸਾਫ਼ ਕੀਤਾ ਤੇ ਸੁਣੋ ਯੋ ਉੱਧਰ ਵੇਖਣ ਦੀ ਮੈਨੂੰ ਵਿੱਚੋਂ ਗੇੜਦੇ ਹੋ। ਤੇ ਮੈਂ ਰੈਡੀ ਸ਼ੈਡੀ ਹੋ ਗਈ ਹਾਂ, ਵੇਖੋ ਅੱਜ ਮੇਰੇ ਘਰ ਵਾਲੇ ਨੇ ਮੈਨੂੰ ਆਉਂਦੇ ਹੀ ਗਿਫਟ ਦਿੱਤਾ, ਆਹ ਵੇਖੋ ਆਈਲਾਈਨਰ ਲੈ ਗਿਆ ਸੀ ਮੇਰੇ ਲਈ, ਉਹ ਗਿਫਟ ਦਿੱਤਾ ਤੇ ਪਤਾ ਨਹੀਂ ਕਿੱਥੋਂ ਲਿਆਂਦਾ ਪਰ ਲੈ ਆਉਂਦਾ। ਪਹਿਲੀ ਵਾਰ ਉਮੀਦ ਮੈਨੂੰ ਨਹੀਂ ਸੀਗੀ ਕਿਸੇ ਚੀਜ਼ ਦੀ ਵੀ, ਪਰ ਪਤਾ ਨਹੀਂ ਕਿੱਦਾਂ ਲਿਆਂਦਾ। ਤੇ ਇੱਧਰ ਮਿਲੋ ਅੱਜ ਤੁਸੀਂ ਬੜੇ ਦਿਨਾਂ ਬਾਅਦ ਜਗਰੂਪ ਨੂੰ ਬੋਲੋ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਭ ਠੀਕ ਠਾਕ ਹੋਗੇ ਉਮੀਦ ਕਰਦੇ ਹਾਂ, ਤੇ ਸਭ ਰਾਜੀ ਪਾਜੀ ਹੋ ਗਏ ਜੀ, ਆਪੋ ਆਪਣੇ ਘਰਾਂ ਦੇ ਵਿੱਚ ਹੱਸਦੇ ਵੱਸਦੇ ਤੇ ਖੁਸ਼ ਹੋ ਗਏ, ਤੇ ਇਸੇ ਤਰ੍ਹਾਂ ਹੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੇ ਸਾਰੇ ਖੁਸ਼ ਰਹੋ। ਤੇ ਤੁਸੀਂ ਹੁਣ ਇਹ ਦੱਸੋ ਕਿ ਕਿੱਦਾਂ ਰਹੇ ਤੁਹਾਡੇ 7-8 ਦਿਨ ਸਾਡੇ ਤੋਂ ਬਿਨਾਂ? ਦੇਖੋ ਜੀ ਘਰ ਪਰਿਵਾਰ ਦੇ ਨਾਲ ਹੀ ਘਰ ਹੁੰਦਾ ਵਾ, ਕਿਉਂਕਿ ਘਰ ਵਾਲੀ ਤੇ ਘਰ ਵਾਲੀ ਦਾ ਮਤਲਬ ਇਹ ਘਰ ਦਾ ਸਾਂਭ ਸਫਈਆ ਸਾਰਾ ਤਾਂ ਹੀ ਉਹ ਘਰ ਵਾਲੀ ਹੁੰਦਾ ਨਾ, ਤੇ ਇਸ ਕਰਕੇ ਜਦੋਂ 2-4 ਦਿਨ ਵੈਸੇ ਤਾਂ ਇਹ ਤੇ 8 ਦਿਨ ਗਏ ਰਹੇ ਆ, ਤੇ 2-4 ਘੰਟੇ ਵੀ ਘਰ ਦੇ ਵਿੱਚੋਂ ਕੋਈ ਘਰ ਦਾ ਜੀ ਜਾਵੇ ਤੇ ਘਰ ਸੁਣਨਾ ਸੁਣਨਾ ਜਿਹਾ ਲੱਗਦਾ ਵਾ, ਤੇ ਇਸ ਕਰਕੇ ਪਰਿਵਾਰ ਦੇ ਨਾਲ ਹੀ ਘਰ ਹੁੰਦਾ ਵਾ। ਉਹ ਤੇ ਚਲੋ ਹਾਸੇ ਮਜ਼ਾਕ ਦੀਆਂ ਗੱਲਾਂ ਲੋਕ ਵੀ ਕਰਦੇ ਆਪਾਂ ਵੀ ਕਰ ਲੈਂਦੇ ਹਾਂ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਘਰ ਦੇ ਨਾਲ ਪਰਿਵਾਰ ਦੇ ਨਾਲ ਹੀ ਘਰ ਹੁੰਦਾ ਵਾ, ਪਰਿਵਾਰ ਤੋਂ ਬਿਨਾਂ ਘਰ ਨਹੀਂ ਹੁੰਦਾ, ਘਰ ਸੁਣਿਆ ਹੁੰਦਾ ਵਾ ਤੇ ਜੀਆਂ ਦੇ ਨਾਲ ਹੀ ਰੌਣਕ ਹੁੰਦੀ ਆ ਜੀਆਂ ਦੇ ਨਾਲ। ਹੁਣ ਅੱਜ ਜਿਵੇਂ ਕਿ ਮੈਂ ਹੀ ਆਈ ਹਾਂ ਤੇ ਜਗਰੂਪ ਨੂੰ ਸਵੇਰ ਦਾ ਬੋਲਣ ਦਾ ਮੌਕਾ ਮਿਲ ਗਿਆ, ਉਦੋਂ ਦਾ ਇਹ ਹੈ ਚੁੱਪ ਚਾਪ ਬੈਠੇ ਹੋਣਗੇ ਹਨਾ, ਕੱਲਿਆਂ ਦੇ ਕੰਧਾਂ ਨਾਲ ਗੱਲਾਂ ਕਰਨੀਆਂ ਨਹੀਂ, ਸਹੀ ਗੱਲ ਆ, ਗੱਲ ਤੇ ਇੱਕ ਗੱਲ ਕਰੇ ਦੂਜਾ ਹੰਗਾਰਾ ਭਰੇ ਤਾਂ ਫੇਰ ਹੀ ਗੱਲ ਦਾ ਸਵਾਦ ਹੁੰਦਾ। ਹੁਣ ਜਾ ਹੁੰਦਾ ਪੁਰਾਣਿਆਂ ਜ਼ਮਾਨਿਆਂ ਦੇ ਵਿੱਚ ਲੋਕੀ ਮੰਨ ਲਓ ਵੀ ਜਿਵੇਂ ਕੋਈ ਤੋਤਾ ਵਗੈਰਾ ਰੱਖ ਲੈਂਦੇ ਸੀ, ਉਹ ਗੱਲ ਕਰਦੇ ਸੀ ਉਹ ਹੰਗਾਰਾ ਦਿੰਦਾ ਸੀ, ਹੈ ਕਹਿਣ ਦਾ ਭਾਵ ਇਹ ਵੀ ਗੱਲ ਕਰਨ ਵਾਸਤੇ ਅਗਲੇ ਬੰਨੇ ਹੰਗਾਰੇ ਦੀ ਜ਼ਰੂਰਤ ਹੁੰਦੀ ਆ। ਹਾਂ ਤੇ ਇਹਨਾਂ ਨੇ ਨਾ ਆਉਂਦਿਆਂ ਅੱਜ ਮੇਰਾ ਸਿਰ ਪੀੜ ਹੁੰਦਿਆਂ ਤੇ ਮੈਂ ਕਿਹਾ ਮੈਨੂੰ 7 ਦਿਨ ਹੋ ਗਏ ਜੇ ਘਰ ਨਹੀਂ ਹੈ, ਤੇ ਉਦੋਂ ਤੁਹਾਨੂੰ ਗੱਲਾਂ ਕਰਨ ਨੂੰ ਕੋਈ ਮਿਲਿਆ ਨਹੀਂ, ਤੇ ਅੱਜ ਤੁਹਾਨੂੰ ਗੱਲਾਂ ਕਰਨ ਨੂੰ ਮਿਲਿਆ ਤੇ ਅੱਜ ਤੁਹਾਡਾ ਸਿਰ ਪੀੜ ਹੋਣ ਲੱਗ ਪਿਆ ਵਾ। ਤੇ ਇੱਧਰ ਸਾਡੇ ਕਾਕਾ ਜੀ ਵੀ ਹੈਗੇ, ਕਾਕਾ ਜੀ ਵੀ ਮੇਲੇ ਗਿਆ ਸੀਗੇ, ਕਾਕਾ ਜੀ ਮੇਲਾ ਵੇਖਿਆ ਨਾ, ਕਾਕਾ ਮੈਨੂੰ ਮਿਲਿਆ ਫਿਰ ਮੈਨੂੰ ਪੈਸੇ ਦਿੱਤੇ, ਮੈਂ ਵੇਖ ਮੇਲਾ 50 ਰੁਪਏ ਦਿੱਤੇ ਮੈਨੂੰ ਚਾਹੇ ਨੂੰ। ਲਓ ਇਸ ਟਾਈਮ ਹੋ ਗਿਆ 7 ਵਜੇ ਦਾ, ਤੇ ਮੈਂ ਸਬਜ਼ੀ ਲੱਗੀ ਸੀਗੀ ਬਣਾਉਣ, ਤੇ ਅਜੇ ਮੇਰੇ ਲਾਗੇ 2 ਬੈਠੇ ਹੋਏ ਆ ਨਿੱਕੜੇ ਨਿੱਕੜੇ ਜਿਹੇ ਬੱਚੂ, ਤੇ ਉਹ ਟਿਊਸ਼ਨ ਤੋਂ ਅਜੇ ਗਏ ਨਹੀਂ ਆ ਘਰ, ਇਹਨਾਂ ਨੂੰ ਲੈਣ ਹੀ ਨਹੀਂ ਕੋਈ ਆਇਆ, ਤਾਂ ਕਿਸੇ ਨੇ ਨਹੀਂ ਲੈਣ ਆਉਣਾ। ਸਮਾਈ ਵੇਖੋ ਕਿੱਦਾਂ ਕਰਦੇ ਪਏ, ਅਸਣਾ ਕਰਦਾ ਬੈਠੋ ਨੀਚੇ ਟਿੱਕ ਕੇ। ਤੇ ਆਪਾਂ ਡਿਨਰ ਦੀ ਲੱਗੀ ਸੀਗੀ ਤਿਆਰੀ ਕਰਨ, ਤੇ ਡਿਨਰ ਦੇ ਵਿੱਚ ਆਪਾਂ ਬਣਾਉਣੀ ਅੱਜ ਬੰਦ ਗੋਭੀ ਤੇ ਵਿੱਚ ਮਟਰ ਪਾ ਕੇ ਗ੍ਰੀਨ ਗ੍ਰੀਨ, ਅੱਜ ਗ੍ਰੀਨ ਵੈਜੀਟੇਬਲ ਸੀ ਬਣ ਗਈਆਂ। ਗ੍ਰੀਨ ਵੈਜੀਟੇਬਲਸ ਕਿਹੜੀਆਂ ਹੁੰਦੀਆਂ ਕਰਨਵੀਰ? ਗ੍ਰੀਨ ਬੰਦ ਨਹੀਂ ਉਹਨੂੰ ਪਤਾ, ਦੱਸੋ ਬੇਟਾ ਗ੍ਰੀਨ ਵੈਜੀਟੇਬਲਸ ਕਿਹੜੀਆਂ ਹੁੰਦੀਆਂ, ਕਰਨਵੀਰ ਦੱਸੂਗਾ।
ਮਟਰ ਨੂੰ ਇੰਗਲਿਸ਼ ਚ ਕੀ ਬੋਲਦੇ ਆ? ਚਲੋ ਗਾਇਸ, ਹੁਣ ਆਪਾਂ ਡਿਨਰ ਦੀ ਕਰੀਏ ਤਿਆਰੀ, ਤੇ ਵੀਡੀਓ ਨੂੰ ਇੱਥੇ ਹੀ ਕਰਦੇ ਹਾਂ ਐਂਡ, ਤੇ ਮਿਲਦੇ ਹਾਂ ਕੱਲ੍ਹ ਤੁਹਾਨੂੰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਜਿਨ੍ਹਾਂ ਨੇ ਅੱਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ, ਵੀਡੀਓ ਨੂੰ ਜ਼ਰੂਰ ਲਾਈਕ ਕਰਕੇ ਜਾਇਓ, ਤੇ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ। ਤੇ ਬਸ ਮਿਲਦੇ ਹਾਂ ਤੁਹਾਨੂੰ ਕੱਲ੍ਹ ਨਵੇਂ ਵਲੌਗ ਦੇ ਨਾਲ। ਬਾਏ ਬਾਏ ਕਰੋ, ਬਾਏ 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 ਜਾਓ, ਮੈਨੂੰ ਤਾਂ ਫੇਸ ਦਿਖਾ ਦਾ, ਬਾਏ ਬਾਏ ਕਰਦੇ, ਬਾਏ ਬਾਏ।